सत श्री अकाल। नॉर्थ अमेरिका च वसते ग्लोबल पंजाब के दर्शकों का स्वागत है। मैं उज्जल सतनाम। 30 मिनट्स के इस शो विच असी बीते हफ्ते दियां पंजाबी कम्यूनिटी के लोगों दियां सरगर्मियां नूं तुहाडे नाल सांझा करांगे। 30 मिनट्स विच पहला नज़र पा लैंदे हां कुछ खास एक्टिविटीज़ ते। नॉर्थ अमेरिका च श्री गुरु ग्रंथ साहब का प्रकाश पुरब श्रद्धा नाल मनाया गया। इंडियाना पोलिस विच लग्या कीर्तन दरबार। इस साल की दिवाली इंडियन अमेरिकन लोगों लई होवेगी खास। टाइम स्क्वेयर से दिवाली फेस्टिवल मनाने की तैयारियां। 21 सितंबर को करवाया जाएगा कबड्डी कैनेडा कप 2013। मेट्रो पंजाबी स्पोर्ट्स क्लब ने ब्रैम्पटन च रूपरेखा उलीकी। इंडियानापोलिस के गुरुद्वारा गुरु शब्द प्रकाश विखे श्री गुरु ग्रंथ साहब जी का पहला प्रकाश पुरब श्रद्धा से रौरी तरह मनाया गया। 1604 ईस्वी पंजवें पातशाह श्री गुरु अर्जन देव जी ने श्री गुरु ग्रंथ साहब की स्थापना की सी। श्री हरिमंदर साहब विखे पहला प्रकाश करवाया सी। इंडियानापोलिस करवाए गए समागम च कीर्तन दरबार लाए गए ते संगतां ने इलाही बाणी सरवण की। प्रकाश पुरब नूं मनाउण लई वड्डी गिणती च सिख संगतां गुरुद्वारा साहब पहुंचियां होईयां सन। गुरु ग्रंथ साहब दा जिहड़ा थॉट प्रोसेस है, जिहने एक प्रभु सत्ता कायम कीती, जिहड़े वेस्टर्न राइटर्स कहिंदे ने स्टेट विद इन द स्टेट बनाता सी, जिहने बारे सत्ते बुलाउण दी मार ने बड़ा क्लीयरली कीता गुरु ग्रंथ साहब दे विच। ਇਹ ਦਿਨ ਵਿੱਚ ਬਹੁਤ ਹੀ ਮਹਾਨਤਾ ਰੱਖਦਾ ਹੈ। ਸਿੱਖ ਹਿਸਟਰੀ ਦੇ ਵਿੱਚ ਬਹੁਤ ਵੱਡਾ ਮੋੜ ਪੈਦਾ ਕਰਨ ਵਾਲਾ ਦਿਨ ਹੈ। ਇਸ ਦਿਨ ਉੱਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿੱਚ ਕੀਤਾ ਅਤੇ ਸਿੱਖ ਪੰਥ ਨੂੰ ਇੱਕ ਮਹਾਨ ਅਤੇ ਪਵਿੱਤਰ ਗ੍ਰੰਥ ਵਾਲਾ ਪੰਥ ਬਣਾਇਆ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਦਰਬਾਰ ਸਾਹਿਬ ਨੂੰ ਵੀ ਦੁਨੀਆ ਭਰ ਦਾ ਇੱਕ ਕੇਂਦਰ ਬਣਾਇਆ ਔਰ ਇੱਕ ਬਾਦਸ਼ਾਹੀ ਜੋ ਝੂਠੀ ਬਾਦਸ਼ਾਹੀ ਸੀ ਸਮੇਂ ਦੀ, ਉਸ ਦੇ ਅੰਦਰ ਇੱਕ ਸੱਚੀ ਪਾਤਸ਼ਾਹੀ ਕਾਇਮ ਕੀਤੀ। ਔਰ ਇਸੇ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹਾਦਤ ਦੇਣੀ ਪਈ। ਪਰ ਗੁਰੂ ਅਰਜਨ ਦੇਵ ਜੀ ਨੇ ਇਹ ਜਿਹੜਾ ਮਹਾਨ ਕਾਰਨਾਮਾ ਕੀਤਾ, ਉਹਦੇ ਕਾਰਨ ਸਦੀਆਂ ਤੋਂ ਲੈ ਕੇ ਸਿੱਖ ਪੰਥ ਅੱਜ ਤੱਕ ਲਗਾਤਾਰ ਜਿਉਂਦਾ, ਅੱਗੇ ਵੱਧ ਰਿਹਾ, ਦੁਨੀਆ ਵਿੱਚ ਫੈਲ ਰਿਹਾ, ਪੱਛਮੀ ਦੇਸ਼ਾਂ ਵਿੱਚ ਵੀ ਆਪਣੀਆਂ ਜੜ੍ਹਾਂ ਲਾ ਰਿਹਾ। ਪੰਜਾਬ ਵਿੱਚ, ਭਾਰਤ ਵਿੱਚ ਹੀ ਨਹੀਂ, ਦੁਨੀਆ ਦੇ 106 ਦੇਸ਼ਾਂ ਵਿੱਚ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਦਾਚਾਰਿਕ ਕਦਰਾਂ ਕੀਮਤਾਂ ਅੱਜ ਵੀ ਉਨੀਆਂ ਹੀ ਮਹੱਤਵ ਰੱਖਦੀਆਂ ਨੇ ਜਿੰਨੀਆਂ ਪਹਿਲਾਂ ਸਮੇਂ ਵਿੱਚ ਰੱਖਦੀਆਂ ਸਨ। ਅਤੇ ਸਿੱਖਾਂ ਨੂੰ ਕਦੀ ਵੀ ਕੋਈ ਮੌਕਾ ਨਹੀਂ ਗਵਾਉਣਾ ਚਾਹੀਦਾ ਲੋਕਾਂ ਨੂੰ ਆਪਣੇ ਧਰਮ ਦੀ ਸੱਚਾਈ ਦੱਸਣ ਦਾ। ਅੱਜ ਇੰਡੀਅਨਾਪੋਲਿਸ ਵਿਖੇ ਇਸੇ ਸੁਨੇਹੇ ਨੂੰ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ, ਜਿਸ ਦੀ ਵਿਸ਼ੇਸ਼ ਝਲਕੀਆਂ ਅਸੀਂ ਤੁਹਾਡੇ ਤੱਕ ਪਹੁੰਚਾਈਆਂ। ਬ੍ਰੈਮਟਨ ਦੇ ਸ਼੍ਰੀ ਗੁਰੂ ਨਾਨਕ ਸਿੱਖ ਸੈਂਟਰ ਵੱਲੋਂ ਨਗਰ ਕੀਰਤਨ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਵੱਡੇ ਸਾਰੇ ਫਲੋਟ 'ਤੇ ਸਜਾਇਆ ਗਿਆ ਸੀ ਅਤੇ ਸਿੱਖ ਸੰਗਤਾਂ ਫਲੋਟ ਦੇ ਪਿੱਛੇ ਚੱਲ ਰਹੀਆਂ ਸਨ। ਇਸ ਨਗਰ ਕੀਰਤਨ ਦੀ ਅਗਵਾਈ 5 ਪਿਆਰਿਆਂ ਨੇ ਕੀਤੀ। ਸਕੂਲੀ ਬੱਚਿਆਂ ਦੇ ਬੈਂਡ ਅਤੇ ਗੱਤਕਾ ਖੇਡਦੇ ਬੱਚੇ ਇਸ ਨਗਰ ਕੀਰਤਨ 'ਚ ਖਾਸ ਆਕਰਸ਼ਣ ਦਾ ਕੇਂਦਰ ਸਨ। ਸੜਕਾਂ ਦੇ ਆਲੇ ਦੁਆਲੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਅਮੈਰੀਕਾ 'ਚ ਵਸਦੇ ਇੰਡੀਅਨ ਮੂਲ ਦੇ ਲੋਕਾਂ ਲਈ ਇਸ ਵਾਰ ਦੀ ਦਿਵਾਲੀ ਯਕੀਨੀ ਤੌਰ 'ਤੇ ਯਾਦਗਾਰੀ ਹੋਵੇਗੀ। ASB ਕਮਿਊਨੀਕੇਸ਼ਨ ਵੱਲੋਂ ਮਹਾਰਾਸ਼ਟਰ ਟੂਰਿਜ਼ਮ, ਏਅਰ ਇੰਡੀਆ ਅਤੇ ਬੜੌਦਾ ਬੈਂਕ ਦੇ ਸਹਿਯੋਗ ਨਾਲ ਟਾਈਮ ਸਕੁਏਅਰ 'ਤੇ ਕਲਰਫੁੱਲ ਦਿਵਾਲੀ ਫੈਸਟੀਵਲ ਕਰਵਾਇਆ ਜਾ ਰਿਹਾ ਹੈ। 22 ਸਤੰਬਰ ਨੂੰ ਕਰਵਾਏ ਜਾਣ ਵਾਲੇ ਇਸ ਫੈਸਟੀਵਲ 'ਚ ਇੰਡੀਅਨ ਕਲਚਰ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਸਾਲ ਦੀ ਦਿਵਾਲੀ ਨਿਊਯਾਰਕ ਸਿਟੀ ਦੇ ਇੰਡੀਅਨ ਅਮੈਰੀਕਨ ਪੀਪਲ ਲਈ ਸਪੈਸ਼ਲ ਹੋਵੇਗੀ। ਜੀ ਹਾਂ, ਟਾਈਮ ਸਕੁਏਅਰ 'ਤੇ ਪਹਿਲੀ ਵਾਰ ਦਿਵਾਲੀ ਫੈਸਟੀਵਲ ਸੈਲੀਬ੍ਰੇਟ ਕਰਨ ਲਈ ਨਾ ਸਿਰਫ ਕਲਰਫੁੱਲ ਲਾਈਟਿੰਗ ਕੀਤੀ ਜਾਏਗੀ ਬਲਕਿ ਇੰਡੀਅਨ ਮਿਊਜ਼ਿਕ 'ਤੇ ਸਾਰਿਆਂ ਨੂੰ ਨੱਚਣ ਟੱਪਣ ਦਾ ਮੌਕਾ ਵੀ ਮਿਲੇਗਾ। ਮਹਾਰਾਸ਼ਟਰ ਟੂਰਿਜ਼ਮ ਅਤੇ ASB ਕਮਿਊਨੀਕੇਸ਼ਨ ਵੱਲੋਂ ਪਹਿਲਕਦਮੀ ਕਰਦਿਆਂ ਇਹ ਈਵੈਂਟ 22 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਹੜਾ ਕਿ ਬਿਲਕੁਲ ਫ੍ਰੀ ਹੋਵੇਗਾ ਅਤੇ ਇਸ ਵਿੱਚ ਹਰ ਇੱਕ ਨੂੰ ਆਉਣ ਦਾ ਸੱਦਾ ਦੇਣ ਲਈ ਸਕਾਈ ਲੌਂਜ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਵਾਈ ਗਈ। ਆਈ ਐਮ ਰਾਮਕ੍ਰਿਸ਼ਨ ਰਾਮਸਵਾਮੀ, AGM ਬੈਂਕ ਆਫ ਬੜੌਦਾ। And we are extremely proud to be associated with this Diwali function. And Bank of Baroda is India's international bank,
एंड दिवाली इज द किंग ऑफ इंडियन फेस्टिवल्स एंड इट गिव्स अस इमेंस प्लेजर टू बी एसोसिएटेड विद दिस दिवाली मेला वेयर वी कैन स्प्रेड अवर मैसेज टू ऑल द इंडियन कम्युनिटी। टाइम्स स्क्वायर न्यूयॉर्क दी अजिही थां है जिथे मिलियन लोग रोजाना गुजरते हैं। अजिहे विच इत्थे दिवाली फेस्टिवल सैलीब्रेट करना अपने आप विच हिस्टोरिकल होगा। प्रेस कॉन्फ्रेंस विच इवेंट दी ऑर्गेनाइजर नीता पसीन ने इस फेस्टिवल दीयां तैयारियां संबंधी मीडिया नूं दस्या। We are living over here and we have come from different part of the country and we showcase the rich culture of our country, we showcase the rich heritage of our country and people are quite confused because it's a very diversified country and I wanted to showcase them our community and I could not think of better place than the center of universe Times Square, the landmark of the world. So on September 22nd, I want every Indian to come over there in their own traditional outfit. I want to show our secular country, I want to show the diversity of our country. न्यूयॉर्क विच इंडियन कौंसल जनरल ज्ञानेश्वर मुले ने भी इस फेस्टिवल नु करवाए जाने की तारीफ की। उन्हें मुताबिक इंडियन कल्चर नु प्रमोट करन दा इस तो चंगा तरीका नहीं हो सकता जो टाइम स्क्वेयर ते दिवाली सेलिब्रेशन नु मिलियन लोग देखेंगे। इस दिन टाइम स्क्वेयर ते लेजर लाइट शो अते फायरवर्क्स दा नजारा देखने नु मिलेगा। दिवाली इज परहैप्स दैट सेंस द मोस्ट रिप्रेजेंटेटिव फेस्टिवल ऑफ इंडिया एंड व्हाट वी do through this particular event in Times Square, to be precise, is a timeless festival comes to Times Square. A timeless festival comes to Times Square. That is the significance. It's very difficult to bring Diwali in a compact of a square. ग्लोबल टूरिस्ट्स नू अट्रैक्ट करने लिए यह मेगा कल्चर फेस्टिवल करवाया जा रहा है जिस विच एशियन इंडियन कल्चर नू प्रमोट करने लिए म्यूजिक एंटरटेनमेंट अते फूड फ्री ऑफ कॉस्ट सर्व किया जाएगा। यही नहीं महाराष्ट्र टूरिज्म वालों रीजनल अते नेशनल लेवल दे कलाकारों नू इस इवेंट जरिए एक प्लेटफॉर्म भी मुहैया करवाया जाएगा। दिवाली दी बहुत ही सिग्निफिकेंस साडे वास्ते है और उस दिन साडे सारयां नू बहुत ही उत्थे जोश दा लाना चाहिदा है। रल मिल के असीं इहनूं मनाईए और लोगों नूं दस सकीए कि साडे इंडिया दे की वैल्यूज़ एंड ट्रेडिशन्स हैगे ने। दिवाली नूं फेस्टिवल ऑफ लाइट्स वजों इंडियन कम्युनिटी सैलीब्रेट करदी है ते इस वार दी दिवाली दा नज़ारा जिहड़ा 22 सितंबर नूं टाइम्स स्क्वेयर ते देखण नूं मिलेगा, यकीनी तौर ते इंडियन लोकां नूं दिवाली वाले दिन अपने इंडिया दी याद नहीं आउण देवेगा अते इंडियन पीपल टाइम्स स्क्वेयर ते ही इस दिन नूं जोशो खरोश नाल सैलीब्रेट करनगे। ऐसी प्रेस कॉन्फ्रेंस जो कि दिवाली मेला जो पहली बार एक हिस्टोरिकल इवेंट हैगी आ टाइम स्क्वेयर जो कि न्यूयॉर्क मैनहैटन शहर दा हार्ट हैगा उहदे विच पहली बार दिवाली दी सेलिब्रेशन कराई जा रही है। उस संबंध दे विच इह प्रेस कॉन्फ्रेंस करवाई गई सीगी ते इस प्रेस कॉन्फ्रेंस दे विच तुसीं देखिया जो भी इस दिवाली मेले दे विच मेन अट्रैक्शन होणगियां ते ग्लोबल पंजाब टीवी सितंबर 22 नूं ਇਹ ਦੀਵਾਲੀ ਮੇਲੇ ਦੀ ਕਵਰੇਜ ਤੁਹਾਡੇ ਅੱਗੇ ਲੈ ਕੇ ਪੇਸ਼ ਹੋਵੇਗਾ। ਹੁਣ ਮੈਨੂੰ ਇਜਾਜ਼ਤ ਦਿਓ, ਮਨਦੀਪ ਕੌਰ ਸਿੱਧੂ ਵਿਦ ਕੈਮਰਾਮੈਨ ਟੀ2 ਬਾਦਲੀਆ। 30 ਮਿੰਟਸ ਦੇ ਇਸ ਸ਼ੋਅ ਵਿੱਚ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇਹ ਸ਼ੋਅ ਇਸੇ ਤਰ੍ਹਾਂ ਜਾਰੀ ਰਹੇਗਾ। ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। 5 अगस्त 2012 ਨੂੰ ਓਕ ਕ੍ਰੀਕ ਗੁਰਦੁਆਰਾ ਸਾਹਿਬ 'ਚ ਮਾਰੇ ਗਏ ਸਿੱਖ ਵਿਅਕਤੀਆਂ ਦੀ ਯਾਦ ਵਿੱਚ ਐਲਕ ਗਰੋਵ ਵਿੱਚ ਇੱਕ ਸਪੋਰਟਸ ਟੂਰਨਾਮੈਂਟ ਕਰਵਾਇਆ ਗਿਆ। ਕਬੱਡੀ ਦੇ ਮੈਚਾਂ ਵਿੱਚ ਅੰਡਰ 21 ਅਤੇ ਓਪਨ ਗਰੁੱਪ ਦੇ ਮੈਚ ਕਰਵਾਏ ਗਏ। ਸੀਨੀਅਰ ਲੈਵਲ ਦੇ ਕਬੱਡੀ ਮੈਚਾਂ 'ਚ ਕੈਲੀਫੋਰਨੀਆ ਦੇ ਫਤਿਹ ਕਲੱਬ ਨੇ ਆਪਣੀ ਸਰਦਾਰੀ ਕਾਇਮ ਕੀਤੀ ਅਤੇ ਪਹਿਲਾ ਸਥਾਨ ਹਾਸਲ ਕੀਤਾ। ਸ਼੍ਰੀ ਪੰਜਾਬ ਸਪੋਰਟਸ ਕਲੱਬ ਦੀ ਟੀਮ ਜਿੰਨੇ ਵੀ ਜੱਫੇ ਲਾਵੇਗੀ ਉਨੇ ਕਲੱਬ ਵੱਲੋਂ 50,000 ਡਾਲਰ ਦਿੱਤੇ ਜਾਣਗੇ। ਸ਼ੇਰੇ ਪੰਜਾਬ ਕਲਚਰਲ ਕਲੱਬ ਸ਼ਿਕਾਗੋ ਵੱਲੋਂ ਐਲਕ ਗਰੋਵ ਵਿੱਚ ਓਕ ਕ੍ਰੀਕ ਮੈਮੋਰੀਅਲ ਕਬੱਡੀ ਕੱਪ ਕਰਵਾਇਆ ਗਿਆ। ਇਹ ਕਬੱਡੀ ਟੂਰਨਾਮੈਂਟ ਓਕ ਕ੍ਰੀਕ ਵਿਸਕਾਂਸਨ 'ਚ ਗੁਰਦੁਆਰਾ ਸਾਹਿਬ ਅੰਦਰ ਹੋਏ ਸ਼ੂਟ ਆਊਟ ਵਿੱਚ ਮਾਰੇ ਗਏ ਸਿੱਖ ਲੋਕਾਂ ਦੀ ਯਾਦ ਵਿੱਚ ਕਰਵਾਇਆ ਗਿਆ। 5 ਅਗਸਤ 2012 ਨੂੰ ਹੋਏ ਇਸ ਸ਼ੂਟ ਆਊਟ ਵਿੱਚ ਮਾਰੇ ਗਏ ਪੰਜਾਬੀ ਕਮਿਊਨਿਟੀ ਦੇ ਲੋਕਾਂ ਦੇ ਪਰਿਵਾਰਕ ਮੈਂਬਰ ਵੀ ਇਸ ਟੂਰਨਾਮੈਂਟ ਵਿੱਚ ਪਹੁੰਚੇ। ਸਤਵੰਤ 'ਚ ਕੀ ਖਾਸ ਗੱਲ ਸੀ? ਉਹਦੇ ਵਿੱਚ ਸੀਗਾ ਸਿਰੜ, ਸਿਦਕ,
और यही मेरे ख्याल सिख दे विच क्वालिटी हुंदी है। ये जेडे मेरे प्लेयर वीर आए ने सारे ये भी यही डिस्प्ले करते ने सिदक ते सिरड़। जदों कदे जिंदगी च बैलेंस हो जांदा है वह सहज बन जांदा है। ये गुरबाणी की अखीरली जगह है। माण करदे आ कालका परिवार से जिन्हां कुरबानियां दे के जो अहीं अपने वीरां नूं कबड्डी खिडा रहे ना, यह हैगा भी एक दूजे की सेफ्टी होंगी। गुरु गोबिंद सिंह जी का जो कहना सी भी सिखां नूं तैयार बैर तैयार रहना चाहिए। सो कालका साहब ने वो करके दिखाया अपनी जिंदगी दे विच, अपने होर वीरां दी जान बचाई है। यो ही साड़ी कबड्डी है, ये चू असलीयत बनती है। जे गतका सीखना कबड्डिया खेलनिया उन्हें जो सीखना भी दूजे दिन लत्तां नहीं बढ़निया, अपनी सिक्खी नूं बचाना है। स्पोर्ट्स टूरनामेंट विच ना सिर्फ कबड्डी बल्कि वॉलीबॉल दे मुकाबले भी करवाए गए। कबड्डी दे मैचां विच दुल्ला, जॉनी, मौला अते गोरी वर्गे इंटरनेशनल लेवल दे प्लेयर्स दी खेड भी देखण नूं मिली। राणा पॉइंट कितले पासे है, ओ बा, ओ बल्ले, ओ बल्ले, ओ बल्ले, आंदे नी सा, वाह वही वाह, ए ओ बल्ले सोणे है। वड्डी गिणती च कबड्डी प्रेमी मां खेड नूं देखण लई चूने वाली लाइन दे परे बैठे जुस्सियां दा जोर देख रहे सन। कबड्डी दे मैचां च मक्खण सिंह दी कमेंट्री दर्शकां च जोश भरन वाली सी। कुलजीत मौला जिहड़ा है, आ वेखो सामने, ए बल्ले 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 होई पई आ मैदान दे विच, मैनूं लगदा निकल गया, वाह वही वाह वाह। कहिंदे दाद देनी बनदी है, नौजवान ने हौसला नहीं छड्डिया, जिहो जी गल कसूती बन गई सी। कबड्डी दे मैचां च अंडर 21 अते ओपन ग्रुप दे मैच करवाए गए। अंडर 21 कबड्डी दा टाइटल टोरंटो दी टीम दे हिस्से आया। सीनियर लेवल दे मैचां च कैलिफोर्निया दे फतेह क्लब ने अपनी सरदारी कायम कीती अते इंडियाना दे मीरीपीरी स्पोर्ट्स क्लब दूजे नंबर ते रहा। उधर जस्सा इधरे पासे कुलजीत, ओ वाह जस्से है, वेखदे आ जस कदों मिलदा, पर इस वारी जस ते मिल गया इस नौजवान नूं, और बहुत सोहना पॉइंट, फतेह स्पोर्ट्स क्लब दे हिस्से है। टूर्नामेंट का सब तो शानदार रेडर जॉनी गिल रहा, जो कि बेस्ट जाफी का खिताब रूबी हरखोवाल दे हिस्से गया। और दलवाग सिंह जी करते हैं पुराने शारपुरिए नुस्से भाने वाले की गल है, चावे दी गल है, चिंगड़ा वाले की गल, मेरे मित्रों नहीं रीसा है इधर पासी जॉनी पॉइंट लेके वापस। कबड्डी टूर्नामेंट विच कल्चरल प्रोग्राम भी करवाया गया अते पंजाबी गायक गिल हरदीप ने अपनी दमदार आवाज नाल डेढ़ घंटे दर्शकों का खूब मनोरंजन किया। ग्लोबल पंजाब दी टीम वालों इस कबड्डी टूर्नामेंट का लाइव प्रसारण किया गया, जिस नूं शिकागो के दर्शकों वालों काफी सराहा गया। ओक्रिक शिकागो तो गिल प्रदीप दे नाल ब्यूरो रिपोर्ट ग्लोबल पंजाब। वाशिंगटन डीसी दे शहर ग्रीन बेल्ट विच इंडिया इंडिपेंडेंस डे मनाया गया। आजादी समागम च इंडियन अंबेसडर निरुपमा राव तो इलावा इंडियन अमेरिकन कम्युनिटी दे नामवार लोग पहुंचे ते इंडिया दी आजादी च योगदान पाउण वाले फ्रीडम फाइटर्स दी कुर्बानी नूं सिजदा कीता। इंडिया नूं आजादी हासिल करन लई बहुत कुर्बानियां देणियां पईआं ने। इंडियन लोग इन्हां कुर्बानियां नूं याद करना कदे नहीं भुलदे, फिर ओह वर्ल्ड दा कोई भी कोना क्यों ना होवे। इस साल आजादी दे 67वें दिवस नूं वाशिंगटन डीसी मेट्रो एरिया दे शहर ग्रीन बेल्ट विच नेशनल काउंसिल ऑफ एशियन इंडियन एसोसिएशन वल्लों मनाया गया। अमेरिका च इंडियन अंबेसडर निरुपमा राव ने खास तौर ते इस समागम विच शिरकत कीती। वी हैव अ लार्ज इंडियन अमेरिकन कम्युनिटी इन द यूनाइटेड स्टेट्स and the Sikh community is and the Punjabi community is very much a part of the Indian American community. They have made great contributions to the name of India and also to the progress of both countries, India and the United States. So I am very happy and honored to be speaking to your channel and to extend my warm greetings to all of you on the occasion of our Independence Day. मैरीलैंड स्टेट दे गवर्नर वालों स्टेट सरकार दे डिप्टी सैक्रेटरी आफ स्टेट डॉक्टर राजन नटराजन अते मैरीलैंड हाउस आफ डेलीगेट अरुणा मिलर ने भी हाजरी भरी। इस मौके अमेरिकन प्रेजिडेंट बराक ओबामा वालों अमेरिकन इंडियन दे अमेरिका दे विकास लई भरवें योगदान लई भेजिया प्रशंसा पत्र भी पढ़ के सुनाया गया।
I participated in the 67th Independence Day celebration here in Maryland on behalf of Governor Martin O'Malley. I really congratulate the entire community for their hard work and sacrifice to keep our country, to keep our heritage alive. National Council of Asian Indian Association ਦੇ ਪ੍ਰੈਜ਼ੀਡੈਂਟ ਡਾਕਟਰ ਸੁਰੇਸ਼ ਗੁਪਤਾ ਸਮੇਤ ਵੱਖ-ਵੱਖ ਬੁਲਾਰਿਆਂ ਵੱਲੋਂ ਅਮਰੀਕਾ ਦੀ ਧਰਤੀ ਤੋਂ ਇੰਡੀਆ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਆਜ਼ਾਦੀ ਦੀ ਲਹਿਰ ਨੇ ਜਿੱਥੇ ਦੇਸ਼ ਆਜ਼ਾਦ ਕਰਵਾਇਆ ਉੱਥੇ ਇੱਕ ਸੁਚੱਜੀ ਜੀਵਨ ਜਾਂਚ ਦੀ ਆਧਾਰਸ਼ਿਲਾ ਵੀ ਮੁਹੱਈਆ ਕਰਵਾਈ। ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਧਨੋਆ ਦੇ ਨਾਲ ਬਿਊਰੋ ਰਿਪੋਰਟ ਗਲੋਬਲ ਪੰਜਾਬ। कैनेडा च अपनियां स्पोर्ट्स सरगर्मियां करके जाने जांदे सिख स्पोर्ट्स क्लब वल्लों करवाई गई सॉकर लीग सफलता नाल खत्म हुई है। सॉकर च मुंडे कुड़ियां दे मुकाबलियां च करीब 20 टीमां वख-वख वर्गां च फाइनल च पहुंचियां। ज़्यादातर फाइनल मुकाबले टाई रहे जिन्हां दा नतीजा पेनल्टी स्ट्रोक्स दे जरिए तय किया गया। इस साल दे स्पोर्ट्स टूर्नामेंट नूं सफल बनाउण लई सिख स्पोर्ट्स क्लब अते कैनेडियन लोकां ने सांझा उद्यम किया। छोटे बच्चे बच्चियों तो लैके नौजवान मुंडे कुड़ियों ने सॉकर च अपनी खेड दिखाई। टूर्नामेंट में जेतू रही टीमों ट्रॉफीज के नाल सन्मानित किया गया। इस अलावा इस साल के सिख स्पोर्ट्स क्लब टूर्नामेंट में सफल बनाने लिए कोचा वलंटियर अते होरना नामवर हस्तियों का भी सन्मान किया गया। ये मेरा जी कर दे गावा वीरां दियां कोड़ियां, मेरा जी कर दे गावा वीरां दियां कोड़ियां, पर कोई गौण देंदा नहीं ओए पुत्रां तों पहला तियां, पुत्रां तों पहला तियां ताइयों ने हुंदियां, मगरों कोई हूं। ਜਿਵੇਂ ਤੁਸੀਂ ਦੇਖ ਰਹੇ ਹੋ ਸਿੱਖ ਸਪੋਰਟਸ ਕਲੱਬ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਹਨਾਂ ਵੱਲੋਂ ਕਿ ਆਹ ਜਿਹੜੀ ਛੋਟੀ ਛੋਟੀ ਪਨੀਰੀ ਹੈ ਸਾਡੀ ਇਹਨਾਂ ਦੀ ਸਿਹਤ ਨੂੰ ਬਚਪਨ 'ਚ ਇਹਨਾਂ ਨੇ ਫੁੱਟਬਾਲ ਦਾ ਜਾਗ ਲਾ ਦਿੱਤਾ ਆ। ਇਹ ਆਪਣੇ ਵੱਲੋਂ ਇੱਥੇ ਗੇਮਸ ਕਰਵਾ ਰਹੇ ਆ ਅਤੇ ਆਹ ਜਿਹੜੇ ਛੋਟੇ ਛੋਟੇ ਤੁਸੀਂ ਦੇਖਦੇ ਹੋ ਸਾਡੇ ਕੱਲ੍ਹ ਦੇ ਮੈਰਾਡੋਨਾ ਪਹਿਲੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਘੈਂਟ ਪੰਜਾਬੀ ਬਣਾਉਣਾ ਆ। ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਵੀ ਪੰਜਾਬ ਦਾ ਮਾਣ ਵਧਾਉਣ ਲਈ ਸਿੱਖ ਸਪੋਰਟਸ ਕਲੱਬ ਦੀ ਪੂਰੀ ਟੀਮ ਨੂੰ ਮੇਰੇ ਵੱਲੋਂ ਸਲੂਟ ਹੈ ਕਿ ਇਹ ਜਿਹੜੇ ਇਹੋ ਜਿਹੇ ਯਤਨ ਹੈ ਬੜੇ ਆਪਣੇ ਰੁਝੇਵੇਂ ਛੱਡ ਕੇ ਆਪਣਾ ਕਾਰੋਬਾਰ ਛੱਡ ਕੇ ਸਿਰਫ ਪੰਜਾਬ ਪੰਜਾਬੀਅਤ ਅਤੇ ਇੱਕ ਸੱਚੇ ਇੰਡੀਅਨ ਦੀ ਪਹਿਚਾਣ ਬਣਾਉਣ ਲਈ ਜ਼ਰੂਰੀ ਹੈ। ਸਾਰੇ ਆਪਣਾ ਆਪਣਾ ਯਤਨ ਜ਼ਰੂਰ ਪਾਉਂਦੇ ਰਹੋ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋ। ਆਪਣਾ ਆਪਣਾ ਯੋਗਦਾਨ ਆਪਣੇ ਪਿੰਡ ਲਈ, ਆਪਣੇ ਸ਼ਹਿਰ ਲਈ, ਆਪਣੇ ਪੰਜਾਬ ਲਈ, ਆਪਣੇ ਇੰਡੀਆ ਲਈ ਹਰ ਕੋਈ ਕਰ ਸਕਦਾ ਹੈ ਤਾਂ ਜ਼ਰੂਰ ਕਰਿਓ। ਬਹੁਤ ਵਧੀਆ ਲੱਗਿਆ ਜੀ, ਸਾਡਾ ਪੰਜਾਬ ਇੱਥੇ ਸਿਰਜਿਆ ਹੋਇਆ ਇਹਨਾਂ ਇਹਨਾਂ ਦੇ ਇੱਕ ਸ਼ਲਾਘਾਯੋਗ ਕਦਮ ਹੈ ਕਿ ਇੱਕ ਸਾਡੇ ਪੰਜਾਬੀਅਤ ਨਾਲ, ਪੰਜਾਬ ਦੀਆਂ ਗੇਮਾਂ ਨਾਲ ਅਤੇ ਪੰਜਾਬ ਨੂੰ ਇੱਥੇ ਪੰਜਾਬੀਅਤ ਨੂੰ ਭੁੱਲਣ ਨਹੀਂ ਦਿੱਤਾ ਇਹਨਾਂ ਨੇ, ਇਹਨਾਂ ਨੇ ਉਹਨਾਂ ਗੇਮਾਂ ਨੂੰ ਵਿਸਾਰ ਨਹੀਂ ਦਿੱਤਾ ਜੋ ਸਾਡੇ ਪੰਜਾਬ ਵਿੱਚ ਸਾਡਾ ਇੱਕ ਮਾਣ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਆਪਣੀਆਂ ਗੇਮਾਂ ਨੂੰ ਅਸੀਂ ਪਿਆਰ ਕਰਦੇ ਹਾਂ। ਉਹਨਾਂ ਨੂੰ ਇਹਨਾਂ ਨੇ ਇੱਥੇ ਵੀ ਜਾਗਰਿਤ ਰੱਖਿਆ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ। ਕਿਉਂਕਿ ਅਸੀਂ ਇਹ ਸਾਰੀ ਜਿਹੜੀ ਜਸਵਿੰਦਰ ਸਿੰਘ ਖੋਸਾ ਜੀ, ਪੰਜਾਬ ਜਿਹੜੀ ਟੀਮ ਜਿੰਨੀ ਵੀ ਇੱਥੇ ਪਹੁੰਚੀ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਉਹਨਾਂ ਦੇ ਸਦਕਾ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਅਤੇ ਇਹਨਾਂ ਨੂੰ ਇੱਕ ਵਾਰੀ ਫਿਰ ਵਧਾਈ ਦਿੰਦੇ ਹਾਂ ਕਿ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਨੇ ਇਸ ਪਾਸੇ ਲਾ ਕੇ ਅਤੇ ਇੱਕ ਨਸ਼ਿਆਂ ਤੋਂ ਦੂਰ ਰੱਖਿਆ ਅਤੇ ਪੰਜਾਬੀਅਤ ਨਾਲ ਜੋੜਿਆ। ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ 21 ਸਤੰਬਰ ਨੂੰ ਪਵੇਡਰੇਡ ਸੈਂਟਰ ਬ੍ਰੈਂਪਟਨ 'ਚ ਕਬੱਡੀ ਕੈਨੇਡਾ ਕੱਪ 2013 ਕਰਵਾਇਆ ਜਾ ਰਿਹਾ ਹੈ। ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਕਬੱਡੀ ਕੱਪ ਵਿੱਚ ਵਰਲਡ ਦੀਆਂ ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਬ੍ਰੈਂਪਟਨ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਦਾ ਖੁਲਾਸਾ ਕੀਤਾ ਗਿਆ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਪ੍ਰੈਜ਼ੀਡੈਂਟ ਗੁਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਕਬੱਡੀ ਕੱਪ ਲਈ ਸਾਰਿਆਂ ਦੀ ਰਾਏ ਲੈਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਗਿਆ। ਇਸ ਪ੍ਰੈਸ ਕਾਨਫਰੰਸ ਵਿੱਚ ਕੈਨੇਡਾ ਦੇ ਸਪੋਰਟਸ ਮਿਨਿਸਟਰ ਬਾਲ ਗੋਸਲ ਵੀ ਪਹੁੰਚੇ ਅਤੇ ਆਪਣੀ ਰਾਏ ਖੇਡ ਪ੍ਰਮੋਟਰਾਂ ਅਤੇ ਕਬੱਡੀ ਪ੍ਰੇਮੀਆਂ ਨਾਲ ਸਾਂਝੀ ਕੀਤੀ। ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ 2013 ਦੇ 23ਵੇਂ ਕੈਨੇਡਾ ਕਬੱਡੀ ਕੱਪ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਕਲੱਬ ਦੇ ਸਾਰੇ ਹੀ ਮੈਂਬਰਾਂ ਨੇ ਇਸ ਕੈਨੇਡਾ ਕੱਪ ਨੂੰ ਕਾਮਯਾਬ ਕਰਨ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ। ਇਸ ਦੇ ਪਿੱਛੇ ਕਲੱਬ ਦੇ ਸਾਰੇ ਹੀ ਮੈਂਬਰਾਂ ਦਾ ਪੁਰਾਣਾ ਐਕਸਪੀਰੀਅੰਸ ਵੀ ਸਾਰਥਕ ਸਿੱਧ ਹੁੰਦਾ ਹੈ। ਹੁਣ ਐਸ ਵੈਲ ਇਜ਼ ਸੌਕਰ, ਫੀਲਡ ਹਾਕੀ ਅਤੇ ਕ੍ਰਿਕਟ ਫਾਸਟੈਸਟ ਗਰੋਇੰਗ ਸਪੋਰਟਸ ਆ ਕੈਨੇਡਾ ਵਿੱਚ। ਕੋਈ ਵੀ ਸਪੋਰਟਸ ਉਹ ਪਾਪੂਲਰ ਨਹੀਂ ਹੁੰਦੀ ਜਦੋਂ ਤਾਈਂ ਉਹ ਸਟਰੀਟ ਲੈਵਲ 'ਤੇ ਨਹੀਂ ਹੁੰਦੀ।
ਜਦੋਂ ਆਪਾਂ ਇੱਥੇ ਜਦੋਂ ਆਪਾਂ ਸ਼ੁਰੂ 'ਚ ਆਏ ਹਾਂ ਪਹਿਲਾਂ ਜਦੋਂ ਵੀ ਬਾਹਰ ਨਿਕਲ ਕੇ ਦੇਖ ਲਓ ਬੱਚੇ ਜਾਂ ਬੇਸਬਾਲ ਥਰੋ ਕਰ ਰਹੇ ਆ ਜਾਂ ਫੁੱਟਬਾਲ ਥਰੋ ਕਰ ਰਹੇ ਆ ਜਾਂ ਹਾਕੀ ਖੇਡ ਰਹੇ ਆ। ਸੋ ਹੁਣ ਸੋਕਰ ਅਤੇ ਕ੍ਰਿਕਟ ਕਿਸੇ ਕੋਰਨਰ 'ਚ ਜਾਓ ਕ੍ਰਿਕਟ ਛੋਟੇ ਛੋਟੇ ਬੱਚੇ ਵੀ ਕ੍ਰਿਕਟ ਖੇਡ ਰਹੇ ਆ। ਸੋ ਐਂ ਦੂਸਰੀ ਗੱਲ ਇਹ ਆ ਕਿ ਆਪਾਂ ਕਬੱਡੀ ਨੂੰ ਲੋਕਲੀ ਲੋਕਲ ਲੈਵਲ 'ਤੇ ਪ੍ਰਮੋਟ ਕਰਾਂਗੇ। ਜੈਨੀਅਲ ਅਕੈਡਮੀ ਦੀ ਤੂਫਾਨ ਸਿੰਘ ਦੀ ਇਗਜ਼ਾਮਪਲ ਹੈ, ਹੁਣ ਜੇ ਰੈਸਲਿੰਗ ਦੇ ਵਿੱਚ ਗੋਲਡ ਮੈਡਲ ਜਿੱਤਿਆ ਜਿਹੜਾ ਕਿ ਕੈਨੇਡਾ ਦਾ ਪਹਿਲਾ ਗੋਲਡ ਮੈਡਲ ਸੀ ਰੈਸਲਿੰਗ 'ਚੋਂ, ਤਾਂ ਉਹਨੂੰ ਕਬੱਡੀ ਦੇ ਸਿਰ 'ਤੇ ਗੋਲਡ ਮੈਡਲ 'ਚ ਹੁਣ ਪੂਰੀ ਕਹਾਣੀ ਪੇਪਰ ਨੂੰ ਦਿੱਤੀ ਫਿਰ ਮੈਂ ਕਬੱਡੀ ਦੇ ਨਾਲ ਜਿਹੜਾ ਮੈਨੂੰ ਸਟੈਮਿਨਾ ਮਿਲਿਆ ਜਿਹੜੀ ਮੈਂ ਕਬੱਡੀ ਖੇਲੀ ਆ ਉਸ ਚੀਜ਼ ਨੇ ਮੈਨੂੰ ਇਸ ਗੋਲਡ ਮੈਡਲ ਲਈ ਮੈਂ ਉਸ ਚੀਜ਼ ਦੇ ਕਰਕੇ ਗੋਲਡ ਮੈਡਲ ਜਿੱਤ ਸਕਦਾ। ਸੋ ਇਹ ਹੁਣ ਜੇ ਬੇਨਤੀ ਵੀ ਆਪਾਂ ਨੂੰ ਇਹਦੇ ਲਈ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ। 30 ਮਿੰਟਸ ਦੇ ਇਸ ਸ਼ੋਅ ਵਿੱਚ ਵਿੜਾ ਹੋ ਗਿਆ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇਹ ਸ਼ੋਅ ਇਸੇ ਤਰ੍ਹਾਂ ਜਾਰੀ ਰਹੇਗਾ। ਤੁਸੀਂ ਬਣੇ ਰਹੋ ਗਲੋਬਲ ਪੰਜਾਬ ਟੀਵੀ ਦੇ ਨਾਲ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਸੋਸ਼ਲ ਐਕਟੀਵਿਸਟ ਅੰਨਾ ਹਜ਼ਾਰੇ ਆਪਣੇ ਅਮਰੀਕਾ ਟੂਰ 'ਤੇ ਨੇ ਅਤੇ ਉਹਨਾਂ ਨੇ ਲੌਂਗ ਆਈਲੈਂਡ ਵਿੱਚ ਇੰਡੀਅਨ ਅਮੈਰੀਕਨ ਲੋਕਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਕੁਝ ਤਜਰਬੇ ਸਾਂਝੇ ਕੀਤੇ। ਨਸਾ ਕਾਉਂਟੀ ਇੰਡੀਅਨ ਕਮਿਊਨਿਟੀ ਵੱਲੋਂ ਅੰਨਾ ਹਜ਼ਾਰੇ ਨੂੰ ਉਹਨਾਂ ਵੱਲੋਂ ਕੀਤੇ ਜਾ ਰਹੇ ਸ਼ਾਨਦਾਰ ਕੰਮਾਂ ਦੇ ਬਦਲੇ ਸਨਮਾਨਿਤ ਵੀ ਕੀਤਾ ਗਿਆ। ਇਹ ਸਮਾਗਮ ਜਗਦੀਸ਼ ਸਹਿਵਾਨੀ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਬੌਬੀ ਕੁਮਾਰ, ਹਰਿੰਦਰ ਸਿੰਘ, ਜੈਰੀ ਕੋਹਲੀ, ਸੁਸ਼ੀਲ ਗੋਇਲ, ਕਮਲੇਸ਼ ਮਹਿਤਾ ਸਮੇਤ ਅਨੇਕਾਂ ਨਾਮਵਰ ਹਸਤੀਆਂ ਪਹੁੰਚੀਆਂ। ਆਪਣੇ ਭਾਸ਼ਣ 'ਚ ਅੰਨਾ ਹਜ਼ਾਰੇ ਨੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਕੀਤੇ ਕੰਮਾਂ ਨੂੰ ਯਾਦ ਕੀਤਾ। तब मैं मेरे जीवन में सोच करते रहा, अरे क्या है जीवन, ये मनुष्य जीवन क्या है। हर आदमी सवेरे उठता है 4 बजे, रात को 10 बजे तक भाग दौड़ करता है, दौड़ता है दौड़ता है दौड़ता है दौड़ता है दौड़ता है, मेरा 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 मेरा, हाथ में कुछ नहीं। कई लोग तो मेरा मेरा कहकर भी रोकते नहीं, मेरा वो मेरा लेकिन तेरा वो भी मेरा, ऐसे प्रवृत्ति बन गई। और हाथ में कुछ नहीं तो मैं सोचते बैठा कि क्या है मनुष्य जीवन, आता कुछ रहता नहीं, जन्म में आते समय कुछ लेकर आता नहीं, जाते समय कुछ लेकर जाता नहीं, और उम्र भर दौड़ता है दौड़ता है दौड़ता है और जाते समय खाली हाथ से जाता है। तो एक दिन मैं सोचा आत्महत्या करना, क्यों जीना, जब मरना पता है खाली हाथ से जाना पता है तो जीना क्यों। एक स्वामी विवेकानंद उनकी किताब हाथ में आ गई। ਉਸਤਾਦ ਲਾਲ ਚੰਦ ਯਮਲਾ ਜੱਟ ਫਾਊਂਡੇਸ਼ਨ ਵੱਲੋਂ ਬਾਬਾ ਬੋੜ ਲਾਲ ਚੰਦ ਯਮਲਾ ਜੱਟ ਜੀ ਦੀ ਯਾਦ ਵਿੱਚ ਹਰੇਕ ਸਾਲ ਕਰਵਾਏ ਜਾਂਦੇ ਮੇਲੇ ਦੀਆਂ ਤਿਆਰੀਆਂ ਲਈ ਇੱਕ ਮੀਟਿੰਗ ਕਰਵਾਈ ਗਈ। ਮੀਟਿੰਗ 'ਚ ਐਸ ਅਸ਼ੋਕ ਪੌਰਾ, ਲੇਖਕ ਜਗਤਾਰ ਗਿੱਲ, ਰਜਿੰਦਰ ਬਰਾੜ ਯਮਲਾ, ਅਮਰਜੀਤ ਸਿੰਘ ਦੌਦਰ, ਅਵਤਾਰ ਸਿੰਘ ਢਿੱਲੋਂ ਅਤੇ ਸਮਾਜ ਸੇਵੀ ਗੈਰੀ ਟੇਸੀ ਨੇ ਸ਼ਿਰਕਤ ਕੀਤੀ। ਫਰੈਸਨੋ 'ਚ ਕੀਤੀ ਗਈ ਇਸ ਮੀਟਿੰਗ 'ਚ ਕਰਮਨ 'ਚ ਲੱਗਣ ਵਾਲੇ ਇਸ ਮੇਲੇ ਬਾਰੇ ਪਲਾਨਿੰਗ ਕੀਤੀ ਗਈ। ਇਸ ਵਾਰ ਦਾ ਇਹ ਮੇਲਾ 13 ਅਕਤੂਬਰ ਨੂੰ ਕਰਮਨ ਦੇ ਕਮਿਊਨਿਟੀ ਹਾਲ ਦੇ ਵਿੱਚ ਕਰਵਾਇਆ ਜਾਵੇਗਾ ਅਤੇ ਇਹ ਮੇਲਾ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਨੂੰ ਸਮਰਪਿਤ ਹੋਵੇਗਾ। ਕਈ ਨਾਮਵਰ ਪੰਜਾਬੀ ਗਾਇਕ ਇਸ ਕਲਚਰਲ ਮੇਲੇ 'ਚ ਆਪਣੀ ਆਵਾਜ਼ ਦੇ ਜ਼ਰੀਏ ਰੰਗ ਬੰਨਣਗੇ। ਇਸ ਤੋਂ ਇਲਾਵਾ ਗਿੱਧਾ, ਭੰਗੜਾ ਅਤੇ ਹੋਰ ਬਹੁਤ ਸਾਰੇ ਵਿਰਾਸਤੀ ਲੋਕ ਰੰਗ ਵੀ ਪੇਸ਼ ਕੀਤੇ ਜਾਣਗੇ। ਪਹਿਲੀ ਗੱਲ ਤਾਂ ਕਿ ਯਮਲੇ ਜੱਟ ਦੀ ਯਾਦ 'ਚ ਮੇਲਾ ਲਾਉਣਾ ਹੀ ਆਪਣੇ ਆਪ 'ਚ ਇੱਕ ਮੇਲਿਆਂ ਦੀ ਗੱਲ ਹੈ, ਕਿਉਂਕਿ ਉਹ ਵਿਰਾਸਤ ਰਹੇ ਨੇ ਪੰਜਾਬੀ ਗਾਇਕੀ ਦੀ। ਅਤੇ ਦੂਸਰੀ ਗੱਲ ਇਹ ਹੈਗੀ ਆ ਵੀ ਜੇ ਯਮਲਾ ਜੱਟ ਦੀ ਗੱਲ ਹੋ ਰਹੀ ਆ ਤਾਂ ਇਹਦਾ ਮਤਲਬ ਅਸੀਂ ਅਮਰੀਕਾ 'ਚ ਰਹਿ ਕੇ ਵੀ ਘੱਟੋ ਘੱਟ ਪੰਜਾਬੀ ਵਿਰਾਸਤ ਦੀ ਜੇ ਗੱਲ ਕਰਨ ਲੱਗੇ ਹਾਂ ਤਾਂ ਇਹ ਪੱਕੀ ਗੱਲ ਹੈ ਕਿ ਸਾਨੂੰ ਉਹਨਾਂ ਵਿਰਾਸਤੀ ਕਦਰਾਂ ਕੀਮਤਾਂ ਦਾ ਖਿਆਲ ਵੀ ਗਾਇਕੀ ਦਾ ਪੱਧਰ ਜਾਂ ਹੋਰ ਜਿੰਨੀਆਂ ਵੀ ਪਰਫੋਰਮੈਂਸਿਸ ਹੋਣਗੀਆਂ ਉਹ ਜਿਹੜੀਆਂ ਆ ਉਹ ਯਮਲਾ ਜੱਟ ਉਹਨਾਂ ਦੀ ਸੋਚ ਦੇ ਹਾਣੀ ਜ਼ਰੂਰ ਹੋਣ, ਇਸ ਤਾਂ ਫਿਰ ਅਸੀਂ ਸੱਚੇ ਸ਼ਬਦਾਂ 'ਚ ਵਧੀਆ ਮੇਲਾ ਲਾ ਸਕਾਂਗੇ ਔਰ ਉਹਨੂੰ ਸ਼ਰਧਾਂਜਲੀ ਵੀ। ਬਹੁਤ ਦੇਰ ਤੋਂ ਬਰਾੜ ਸਾਹਿਬ ਨਾਲ ਸਾਡਾ ਇਹ ਵਾਅਦਾ ਸੀ ਵੀ ਆਪਾਂ ਮੇਲੇ ਨੂੰ ਵੱਡੇ ਲੈਵਲ 'ਤੇ ਲੈ ਕੇ ਜਾਣਾ। ਪਿਛਲੇ ਸਾਲ ਅਸੀਂ ਕਰਮਨ ਦੇ ਵਿੱਚ ਕਰਾਇਆ ਅਤੇ ਬਹੁਤ ਹੀ ਸਕਸੈਸਫੁਲ ਹੋਇਆ ਮੇਲਾ, ਉਹਦੀ ਇਸ ਕਾਮਯਾਬੀ ਨੂੰ ਵੇਖ ਕੇ ਅਸੀਂ ਇਸ ਮੇਲੇ ਨੂੰ ਇਸ ਸਾਲ ਹੋਰ ਵੀ ਵੱਡੇ ਤੌਰ 'ਤੇ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ 'ਚ ਉੱਘੇ ਕਲਾਕਾਰ ਦੱਸਾਂਗੇ ਅਸੀਂ ਨਾਲ ਦੀ ਨਾਲ ਟਾਈਮ ਦੇ ਉੱਤੇ ਰੇਡੀਓ 'ਤੇ ਵੀ ਇਹਨਾਂ ਦੇ ਬਾਰੇ ਅਨਾਊਂਸ ਕਲਾਕਾਰਾਂ ਦੇ ਨਾਮ ਦੱਸਦੇ ਰਹਾਂਗੇ ਔਰ ਇਹ ਸਾਡਾ ਪਰਿਵਾਰਕ ਪ੍ਰੋਗਰਾਮ ਹੋਊ ਜਿਸ ਦੇ ਵਿੱਚ ਬੱਚੇ, ਬੀਬੀਆਂ, ਵੱਡੇ ਬਜ਼ੁਰਗ, ਮਾਤਾ ਪਿਤਾ ਸਾਰੇ ਪਰਿਵਾਰ ਦੇ ਵਿੱਚ ਤਰ੍ਹਾਂ ਪਹੁੰਚ ਸਕਦੇ ਆ।
तो बिल्कुल मेला यमला जट की गायकी समर्पित हो उस तरीके का ही मेला होगा, ये कोई लचर गायकी कोई स्थान नहीं है। ये वड्डी खासियत इस चीज़ की है कि पहला मेला आप खेतों के कराते सी, पिछले साल आप तजर्बा लिया करमन कम्यूनिटी हाल के बहुत ही सक्सैसफुल होया, खेतों वाले का नज़ारा अपना सीगा, पर यह हुण मेला रजिंदर राज बराड़ का मेला नहीं, ये पब्लिक का मेला है, यमला जट सारे का सांझा है, इस करके ये वड्डा डिफरेंस ये होगा जी। हुण आप फिर हाल तो वड्डी पार्क के लैके जावे कि प्रदेशों के यमले जट न यमला जट लोगों का बन जूगा, तो एक अखौत ही बन जूगी जो पंजाब की विरासत सी असी अमरीका दे विच लेके आए हैं, ये एक का काम नहीं, तुहाडा सारिआं दा सहयोग है। ये जिहड़ा उस्ताद लालचंद यमला जट जी नूं समर्पित 13वां मेला जो करमन विखे करवाया जा रहा, आस करदे आ कि यह मेला लच्चरता तो कोहां दूर अमिट पैणा छड़दा होया साडे इत्थे आऊगा फ्रिजनो विच। मैं गुरिंदरजीत सिंह नीटा माछी के फ्रिजनो कैलीफोर्निया तो मेरे साथी कुलवंत ऊबी दे नाल ग्लोबल पंजाब टीवी लई। सिख चिंतक अते खालिस्तान अफेयर सेंटर वाशिंगटन डीसी दे संचालक डॉक्टर अमरजीत सिंह दी माता सरदारनी जतेंद्र कौर जी दी याद विच रखे गए पाठ दे भोग अते अंतिम अरदास गुरुघर सिख सेंटर ऑफ वर्जीनिया मैनसिस विच करवाएगी। सरदारनी जतेंद्र कौर दा देहांत 88 साल दी उम्र विच पंजाब विच होया। उन्हां दी आत्मा दी शांति लई ना सिर्फ अमेरिका बल्कि होरनां मुल्कां तों वी शोक संदेश भेजे गए। ਵੱਖ-ਵੱਖ ਬੁਲਾਰਿਆਂ ਵੱਲੋਂ ਜਿੱਥੇ ਮਾਤਾ ਜਤਿੰਦਰ ਕੌਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ, ਉੱਥੇ ਡਾਕਟਰ ਅਮਰਜੀਤ ਸਿੰਘ ਦੇ ਪਰਿਵਾਰਕ ਸਨੇਹੀਆਂ ਵੱਲੋਂ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਕਿ ਡਾਕਟਰ ਅਮਰਜੀਤ ਸਿੰਘ ਦੀ ਸ਼ਖਸੀਅਤ ਦੇ ਵਿਕਾਸ ਵਿੱਚ ਉਹਨਾਂ ਦੀ ਮਾਤਾ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ ਮਾਵਾਂ ਹਮੇਸ਼ਾ ਹੀ ਆਪਣੇ ਬੱਚਿਆਂ ਲਈ ਪ੍ਰੇਰਣਾ ਸਰੋਤ ਅਤੇ ਇਤਿਹਾਸ ਦਾ ਪਾਤਰ ਬਣਦੀਆਂ ਰਹਿਣਗੀਆਂ। डॉक्टर साहब के जीवन के बारे जिहड़ियां गुझियां रमजां सी उन्हां दा सानूं जानने दा मौका मिलिया। 30 मिनट्स दे शो विच बस इन्ना ही, अगले हफ्ते इसे समय हफ्ता भर दीआं नारी सरगर्मियां दे नाल इक वार फिर तुहाडे रूबरू होवांगे। इस शो संबंधी तुसीं अपने सुझाव देण लई सानूं ईमेल भी कर सकदे हो, सानूं तुहाडे सुझावां दा इंतजार रहेगा। उदों तक लई इजाजत दिओ, धन्नवाद।